ਹੁਣ ਆਪਾਂ ਚੱਲੀਏ ਘਰੋਂ, ਫੋਨ ਆਇਆ ਸੀ ਮੰਮੀ ਹੋਣਾਂ ਦਾ ਅਤੇ ਗਾਲਾਂ ਗੁਲਾਂ ਪੈ ਗਈਆਂ ਅਤੇ ਜਿਹੜੀ ਮੇਰੀ ਸਮਾਇਲ ਆ ਝੂਠੀ ਜੀ ਆ ਤਾਂ ਉਹਨਾਂ ਨੇ ਕਿਹਾ ਵੀ ਗੱਡੀ ਜਿਹੜੀ ਕੀ ਆ ਆਲਮੋਸਟ ਜਿਹੜੀ ਆ ਟੋਟਲ ਲੋਸ ਹੋ ਚੁੱਕੀ ਆ ਹੈ ਨਾ, ਅਤੇ ਮੇਰੇ ਦਿਲ 'ਤੇ ਵਾਹਵਾ ਲੱਗੀ ਉਹ ਗੱਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ, ਅਤੇ ਆਪਣੇ ਹਜ਼ੂਰ ਸਾਹਿਬ ਵਾਲੇ ਵਲੋਗਸ ਤੋਂ ਬਾਅਦ ਮਤਲਬ ਹਜ਼ੂਰ ਸਾਹਿਬ ਵਾਲੇ ਐਪੀਸੋਡ ਤੋਂ ਬਾਅਦ ਜਿਹੜਾ ਆਪਾਂ ਅੱਜ ਵਾਲਾ ਜਿਹੜਾ ਵਲੋਗ ਅਪਲੋਡ ਕਰ ਰਹੇ ਹਾਂ ਉਹ ਪਹਿਲਾ ਆ, ਅਤੇ ਬਹੁਤ ਕੁਝ ਹੋ ਚੁੱਕਾ ਆ ਉਹਨਾਂ ਵਲੋਗਾਂ ਦੇ ਵਿੱਚ। ਆਪਾਂ ਗਏ ਸੀ ਗੁਰੂ ਘਰੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਹੈ ਨਾ ਹਜ਼ੂਰ ਸਾਹਿਬ, ਅਤੇ ਅਖੀਰਲੇ ਦਿਨ ਜਦੋਂ ਆਪਾਂ ਆਉਂਦੇ ਪਏ ਸੀਗੇ ਅਤੇ ਹਰਿਆਣੇ ਦੇ ਕਰੀਬ ਰੋਹਤਕ ਦੇ ਕੋਲ ਲੱਖਣ ਮਾਜਰਾ ਕਰਕੇ ਜਗ੍ਹਾ ਸੀਗੀ ਜਿੱਥੇ ਆਪਣੀ ਗੱਡੀ ਦਾ ਐਕਸੀਡੈਂਟ ਹੋ ਗਿਆ ਸੀ ਅਤੇ ਗੱਡੀ ਆਪਣੀ ਜਿਹੜੀ ਕੀ ਆ ਉਹ ਟੋਟਲ ਲੋਸ ਹੋ ਚੁੱਕੀ ਆ। ਅਤੇ ਕੋਈ ਦਿੱਕਤ ਵਾਲੀ ਗੱਲ ਨਹੀਂ, ਅਤੇ ਹੁਣ ਆਪਾਂ ਚੱਲੇ ਸੀ ਜਲੰਧਰ, ਇੱਕ ਦੋ ਕੰਮ ਵੀ ਹੈਗਾ ਆ ਅਤੇ ਸ਼ਾਇਦ ਦੇਖਦੇ ਹਾਂ ਕੋਈ ਨਾ ਕੋਈ ਕਿਸੇ ਨਾ ਕਿਸੇ ਸ਼ੋਰੂਮ 'ਚ ਵੜ ਕੇ ਐਵੇਂ ਮਾੜਾ ਮੋਟਾ ਟਾਈਮ ਪਾਸ ਤਾਂ ਕਰਕੇ ਆਵਾਂਗੇ, ਕੋਈ ਨਾ ਕੋਈ ਗੱਡੀ ਤਾਂ ਦੇਖ ਕੇ ਆਵਾਂਗੇ ਹੈ ਨਾ, ਪਸੰਦ ਕਰਾਂਗੇ। ਅਤੇ ਹੁਣ ਆਪਣੇ ਯਾਰ ਬੇਲੀ ਜਿਹੜੇ ਕੀ ਆ ਤਿਆਰ ਹੋ ਚੁੱਕੇ ਆ, ਅਤੇ ਹੁਣੇ ਮੈਂ ਇਹਨੂੰ ਕਹਿਤਾ, ਮੈਂ ਕਿਹਾ ਵੀ ਟਾਈਮ ਜਿਹੜਾ ਨਾ ਹੁਣੇ ਪਰਖਿਆ ਜਾਣਾ ਵੀ ਕਿਹੜਾ ਯਾਰ ਚੰਗਾ ਅਤੇ ਕਿਹੜਾ ਮਾੜਾ, ਅਤੇ ਆਪਾਂ ਆਇਆ ਮੈਂ ਕਿਹਾ ਹੁਣ ਮੋਟਰਸਾਈਕਲ ਕੱਢ ਲਿਆ ਮੈਂ ਡੈਡੀ ਵਾਲਾ, ਮੈਂ ਕਿਹਾ ਹੁਣ ਜਿੱਥੇ ਜਾਵਾਂਗੇ ਹੁਣ ਇੱਥੇ ਜਾਵਾਂਗੇ ਜਦ ਕਰਕੇ ਕੋਈ ਗੱਡੀ ਨਹੀਂ ਆਉਂਦੀ। ਆਪਣਾ ਯਾਰ ਨਵੀਨ ਬਾਈ, ਇਹ ਬੰਦਾ ਪਹਿਲਾਂ ਆਪਾਂ ਨੂੰ ਕਰਦਾ ਪਿਆ ਸੀ ਨਾ, ਅਤੇ ਜਦੋਂ ਮੈਂ ਵਲੋਗ ਸ਼ੁਰੂ ਕਰ ਲਿਆ ਅਤੇ ਹੁਣ ਇਹਨੇ ਕਰ ਦਿੱਤੀ ਆ ਹਾਂ ਵੀ ਚਲੋ ਠੀਕ ਆ, ਕਹਿੰਦਾ ਮੈਂ ਚੱਲ ਪੈਂਦਾ ਹਾਂ। ਅਤੇ ਆਪਣਾ ਬੇਲੀ ਇਹਦਾ ਬਾਲੀ ਬੇਲੀ ਵੀ ਆ ਅਤੇ ਬਾਲੀ ਵੀ ਆ, ਅਤੇ ਅਗਲੀਆਂ ਵੀਡੀਓ 'ਚ ਦਿਖਿਆ ਕਰੂਗਾ ਤੁਹਾਨੂੰ। ਬਾਲੀ ਆਏ ਅਸੀਂ ਹੈ ਮਾਤਾ ਗੁਰੂ ਕੀ, ਅਤੇ ਹੁਣ ਮੋਟਰਸਾਈਕਲ 'ਤੇ ਜਾਵਾਂਗੇ ਜਲੰਧਰ। ਵੈਸੇ ਜਾਣ ਨੂੰ ਆਈ ਹੌਂਡਾ ਸਿਟੀ ਜਾਣਾ ਸੀ, ਨਵੀਨ ਦੇ ਪਾਪਾ ਲੈ ਕੇ ਗਏ ਹੋਏ ਆ, ਹੁਣ ਭਰਾਵਾ ਤੂੰ ਰਿਚ ਪਰਸਨ ਆ, ਅਸੀਂ ਤਾਂ ਆਪਣਾ ਸਮਝਿਆ ਕਰੋ। ਲੈ ਬਾਈ, ਪਹਿਲਾਂ ਪਾਉਂਦੇ ਹੁੰਦੇ ਸੀ ਗੱਡੀ 'ਚ ਅਤੇ ਹੁਣ ਆਪਾਂ ਮੋਟਰਸਾਈਕਲਾਂ 'ਚ। ਚੌਥਾ ਬੰਦਾ ਦਿਖਾਉਣਾ ਰਹਿ ਗਿਆ ਜੀ, ਗੁਰੂ ਵੀ ਆਪਣੇ ਨਾਲ ਚੱਲਣਾ ਹੈ। ਲੈ ਬਾਈ, ਜਲੰਧਰ ਪਹੁੰਚ ਚੁੱਕੇ ਹਾਂ ਆਪਾਂ, ਅਤੇ ਜੋਤ ਜੀ ਕੋਲ ਲਾਈਸੈਂਸ ਹੈ ਨਹੀਂ ਗਾ, ਅਤੇ ਆਪਣੇ ਕੋਲ ਤਾਂ ਹੈਗਾ ਆ, ਪਰ ਮੈਂ ਕਿਹਾ ਤੂੰ ਚਲਾ, ਅਤੇ ਮੈਂ ਕਿਹਾ ਕੋਈ ਵੀ ਹੱਥ ਦੇਵੇ ਬਸ ਤੂੰ ਰੁਕਣਾ ਨਹੀਂ, ਤੇਰਾ ਇੰਨਾ ਹੀ ਕੰਮ ਮੈਂ ਵੀ ਤੂੰ ਨਹੀਂ ਰੁਕਣਾ, ਤੂੰ ਸਮਝ ਲਾ ਤੂੰ ਹੈਗਾ ਆ ਸਿਕੰਦਰ ਅਤੇ ਤੂੰ ਜਲੰਧਰ ਜਿੱਤਣ ਆਇਆ ਆ ਬਸ। ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਆਹ ਕਿਹੜਾ ਆ ਮੈਟਰੋ ਹੋਲਸੇਲ ਵਾਲਮਾਲ ਦੇ ਕੋਲ, ਅਤੇ ਉੱਦਾਂ ਜਿਹੜੇ ਇਮੀਗ੍ਰੇਸ਼ਨ ਵਗੈਰਾ ਵਾਲੇ ਹੈਗੇ ਆ ਉਹ ਸਾਰੇ ਇੱਥੋਂ ਬੱਸ ਸਟੈਂਡ ਦੇ ਕੋਲ ਹੀ ਆ, ਉਹ ਆਪਾਂ ਮੋਟਰਸਾਈਕਲ ਲਾ ਤੇ ਸਾਹਮਣੇ, ਅਤੇ ਅੱਜ ਵੇਖਦੇ ਹਾਂ ਮਾੜਾ ਮੋਟਾ ਘੁੰਮ ਫਿਰ ਕੇ ਐਸ਼ਵਰਸਤੀ ਕਰਕੇ ਜਾਵਾਂਗੇ। ਐ ਨਵੀਨ ਨੇ ਵੀ ਕੋਈ ਬੱਤੀ ਨਹੀਂ ਛੱਡੀ ਤਾਂ ਨਹੀਂ ਨੰਘਾਇਆ, ਨਵੀਨ ਆਰ 15 ਤੇਰਾ ਹੀ ਆ। ਅਰੇ ਮਾਮਾ ਜੇ ਹੁੰਦੀ ਤਾਂ ਦੁਕਾਨ ਹੀ ਆ ਨਾ ਕੋਈ ਵੀ ਚੀਜ਼ ਆ, ਉਹ ਆਪਾਂ ਨੂੰ ਲੱਭਣ ਹੀ ਨਹੀਂ ਦਈ। ਮੈਂ ਕਿਹਾ ਕਿੱਧਰ ਜਾਣਾ, ਮੈਂ ਬੰਦੇ ਨੂੰ ਫੋਨ ਕੀਤਾ, ਭਾਜੀ ਕਹਿੰਦਾ ਮੈਂ ਆਉਂਦਾ ਉੱਥੇ, ਅਤੇ ਇੱਥੋਂ ਪ੍ਰਮੋਸ਼ਨ ਕਰਨ ਤੋਂ ਬਾਅਦ 'ਚ ਆਪਾਂ ਫਿਰ ਜਾਣਾ ਹੈਗਾ ਆ ਇੱਕ ਦੋ ਏਜੰਸੀਆਂ 'ਚ ਪਤਾ ਕਰਨਾ ਕਿੱਦਾਂ। ਫਿਰ ਮਾੜਾ ਵਲੋਗ 'ਚ ਆਇਆ ਜੀ ਮੁੰਡਾ ਆਪਣੇ, ਅਤੇ ਹੋਇਆ ਕਰੂਗਾ ਹੁਣ ਵਲੋਗਾਂ ਦੇ ਵਿੱਚ ਹੋਇਆ ਕਰੂਗਾ ਆਪਣਾ ਗੁਰੂ। ਇਹ ਹੈਗਾ ਜੀ ਕਾਰ ਐਕਸਪਰਟ, ਇਹਨੂੰ ਹਰ ਇੱਕ ਗੱਡੀ ਦਾ ਮਤਲਬ ਨੌਲੇਜ ਆ। ਜੇਕਰ ਕੋਈ ਵੀ ਕਿਸੇ ਵੀ ਮੇਰੇ ਵੀਰ ਭਰਾ ਨੇ ਕੋਈ ਵੀ ਗੱਡੀ ਦੀ ਨੌਲੇਜ ਲੈਣੀ ਹੋਵੇ ਡਿਸਕ੍ਰਿਪਸ਼ਨ 'ਚ ਇਹਦਾ ਮੈਂ ਨੰਬਰ ਦੇ ਦੂੰਗਾ, ਤੁਸੀਂ ਪੁੱਛ ਸਕਦੇ ਹਾਂ। ਉੱਧਰ ਨਵੀਨ ਪੁੱਛਣ ਦਿਆ ਭਾਅ ਜੀ ਕਿਹੜੀ ਦੁਕਾਨ ਆ, ਦੁਕਾਨਾਂ ਬੜੀਆਂ ਇੱਥੇ ਸਾਰੀ ਇਮੀਗ੍ਰੇਸ਼ਨ ਵਾਲੀ ਆ, ਅਤੇ ਮੈਂ ਪਹਿਲੀ ਵਾਰੀ ਆਇਆ ਇਸ ਮੋਲ 'ਚ, ਅਤੇ ਅੱਜ ਜੋਤ ਨੂੰ ਕਿਸੇ ਨਾ ਕਿਸੇ ਦੇਸ਼ 'ਚ ਭੇਜ ਕੇ ਛੱਡਾਂਗੇ ਆਪਾਂ, ਮਹਿੰਗੇ ਨਹੀਂ ਤਾਂ ਸਸਤੇ 'ਚ ਜ਼ਰੂਰ ਸਿੰਗਾਪੁਰ। ਬੇਕਾਰ ਜਿਹਾ ਮੋਲ ਆ, ਨਾ ਕੋਈ ਲਿਫਟ ਚੱਲਦੀ ਆ, ਤੀਸਰੇ ਮੋਲ 'ਤੇ ਜਾਣਾ ਅਤੇ ਪੌੜੀਆਂ ਨਹੀਂ ਜਾਣਦੇ ਅਤੇ ਉੱਤੋਂ ਸਿਗਰਟਾਂ ਦੀ ਮੁਸ਼ਕ ਆਈ ਜਾਂਦੀ। ਕਿੱਥੇ ਆ ਲੈ ਏਡਾ ਉੱਤੇ, ਚਲੋ ਜੀ ਅੱਜ ਆਪਾਂ ਕਰ ਲਿਆ ਸ਼ੂਟ ਜਿੰਨਾ ਵੀ ਕਰਨਾ ਸੀ, ਅਤੇ ਹੁਣ ਆਪਾਂ ਚਲੀਏ ਘੁੰਮਣ ਫਿਰਨ ਮਾੜਾ ਮੋਟਾ ਅਤੇ ਜਸ਼ਨ ਵੇਲਾ ਕਰ ਲਈਏ। ਅਤੇ ਬਾਕੀ ਇਹ ਜਿਹੜਾ ਮੋਲ ਆ ਇੱਥੇ ਸਾਰੇ ਇੱਦਾਂ ਇਮੀਗ੍ਰੇਸ਼ਨ ਵਾਲਿਆਂ ਦੀਆਂ ਹੀ ਦੁਕਾਨਾਂ ਵਾ, ਅਤੇ ਆਪਾਂ ਗਏ ਸੀ ਸਾਹਮਣੇ ਭਾਜੀ ਹੋਣਾਂ ਦੀ ਦੁਕਾਨ 'ਤੇ, ਉੱਥੇ ਦੁਕਾਨ ਹੀ ਕਹਾਂਗੇ ਯਾਰ ਦੁਕਾਨ ਹੀ ਹੁੰਦੀ ਆ, ਅਤੇ ਇੱਕ ਭਾਜੀ ਹੋਣੀ ਆਪਾਂ ਨੂੰ ਹੋਰ ਮਿਲੇ ਆ ਅੱਜ ਬਰਤ ਭਾਜੀ, ਅਤੇ ਇਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਆਪਾਂ ਕੋਈ ਦਿਲ ਦੀਆਂ ਸਾਂਝੀਆਂ। ਅਤੇ ਠੀਕ ਆ ਜੀ ਹੁਣ ਆਪਾਂ ਚੱਲੀਏ ਕਿਸੇ ਏਜੰਸੀ ਏਜੰਸੀ ਦੇ ਵਿੱਚ, ਅਤੇ ਵੇਖੀਏ ਕੋਈ ਗੱਡੀ ਗੁੱਡੀ ਜੇਕਰ ਆਪਾਂ ਨੂੰ ਪਸੰਦ ਆਉਂਦੀ ਆ, ਅਤੇ ਕੱਲ੍ਹ ਸ਼ਾਇਦ ਜਾਂ ਪਰਸੋਂ ਮੈਂ ਜਾਵਾਂ ਆਪਣੀ I-20 ਨੂੰ ਦੇਖਣ ਏਜੰਸੀ ਵਿੱਚ ਖੜੇਤੀ ਆ, ਅਤੇ ਉੱਥੇ ਅੱਜ ਵੀ ਉਹਨਾਂ ਦੇ ਸਰਵੇਅਰ ਆਇਆ ਸੀ ਦੇਖਣ ਵਾਸਤੇ, ਤਾਂ ਉਹਨਾਂ ਨੇ ਕਿਹਾ ਵੀ ਗੱਡੀ ਜਿਹੜੀ ਕੀ ਆ ਆਲਮੋਸਟ ਜਿਹੜੀ ਆ ਟੋਟਲ ਲੋਸ ਹੋ ਚੁੱਕੀ ਆ ਹੈ ਨਾ, ਅਤੇ ਮਾੜੀ ਗੱਲ ਆ ਮਿਹਨਤ ਕਰਕੇ ਕਮਾਈ ਸੀ ਅਤੇ ਇੱਦਾਂ ਨਹੀਂ ਸੀ ਹੋਣਾ ਚਾਹੀਦਾ, ਅਤੇ ਮੇਰੇ ਦਿਲ 'ਤੇ ਵਾਹਵਾ ਲੱਗੀ ਉਹ ਗੱਲ, ਪਰ ਫਿਰ ਵੀ ਚਲੋ ਆਪਣੀ ਮਾਤਾ ਨੇ ਹੌਸਲਾ ਦਿੱਤਾ ਵੀ ਕੋਈ ਦਿੱਕਤ ਨਹੀਂ, ਹੁਣ ਆਪਾਂ ਵੇਖਦੇ ਏਜੰਸੀ ਏਜੰਸੀ ਦੇ ਵਿੱਚ ਜਿਹੜੀ ਚੀਜ਼ ਆਪਾਂ ਨੂੰ ਪਸੰਦ ਆ ਗਈ ਜਿਹੜੀ ਦਿਲ ਨੂੰ ਲੱਗ ਗਈ ਗੱਡੀ ਉਹ ਆਪਾਂ ਛੇਤੀ ਲਵਾਂਗੇ, ਪੱਕਾ ਛੇਤੀ ਲਵਾਂਗੇ। ਜਦੋਂ ਆਪਾਂ ਆਏ ਸੀ ਨਾ ਤਾਂ ਉਹ ਕਹਿੰਦੇ ਗੱਡੀ ਤੁਹਾਡੀ ਕਿੱਥੇ ਖੜੀ ਆ, ਉਹ ਸੁਣ ਕੇ ਮੈਂ ਜਿਹੜੀ ਮੇਰੇ ਦਿਲ 'ਤੇ ਬੀਤੀ ਨਾ ਮੈਨੂੰ ਬਹੁਤ ਫੀਲ ਹੋਇਆ, ਅਤੇ ਉਹ ਖੜ੍ਹੇ ਆਪਣੇ ਮੋਟਰਸਾਈਕਲ, ਅਤੇ ਹੁਣ ਆਪਾਂ ਪਹਿਲਾਂ ਜਾਵਾਂਗੇ ਕਿਸੇ ਨਾ ਕਿਸੇ ਏਜੰਸੀ ਦੇ ਵਿੱਚ
ਗੱਡੀ ਵੇਖਣ ਤੇ ਉਸ ਤੋਂ ਬਾਅਦ ਚ ਆਪਾਂ ਇੱਕ ਦੋ ਚੀਜ਼ਾਂ ਸੋਚੀਆਂ ਚਲੋ ਘੁੰਮ ਫਿਰ ਕੇ ਫਿਰ ਜਾਂਦੇ ਆ ਵੇਖਦੇ ਬਾਕੀ ਕੀ ਬਣਦਾ ਨਾਲ ਸ਼ਰਮ ਨਹੀਂ ਆਉਂਦੀ ਬਿਨਾਂ ਹੈਲਮਟ ਤੋਂ ਤੁਰੇ ਤੁਸੀਂ ਹੈ ਫਿਰ ਪੁਲਿਸ ਵਾਲੇ ਵੇਖ ਕੇ ਭਾਈਦੇ ਕਾਹਤੋਂ ਸੀਗੇ ਪੁਲਿਸ ਵਾਲੇ ਆਏ ਨਾ ਪੁਲਿਸ ਵਾਲਿਆਂ ਤੋਂ ਇੰਨਾ ਡਰ ਕੇ ਸੈਡ ਦੀ ਭਜਾ ਕੇ ਲੈ ਕੇ ਗਿਆ ਨਾ ਪੁੱਛੋ ਕੁਛ ਨਹੀਂ ਜੋ ਤੱਕ ਤਾਈਓ ਮੈਂ ਮੋਟਰਸਾਈਕਲ ਫੜ ਲਿਆ ਮੇਰੇ ਕੋਲ ਲਾਇਸੈਂਸ ਹੈਗਾ ਆ ਇਹਦੇ ਕੋਲ ਹੈ ਨੀਗਾ ਅਤੇ ਏਜੰਸੀ ਹੈਗੀ ਵੀ ਜਲੰਧਰ ਦੇ ਬਾਹਰੋਂ ਬਾਹਰ ਆ ਅਤੇ ਖੈਰ ਆਪਾਂ ਹੁਣ ਏਜੰਸੀ 'ਚ ਮਿਲਦੇ ਹਾਂ ਅਤੇ ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਇਸ ਵੇਲੇ ਹਵੇਲੀ ਦੇ ਬਿਲਕੁਲ ਨਾਲ ਪੈਟਰੋਲ ਪੰਪ ਆ ਅਤੇ ਇੱਥੇ ਕਦੀ ਵੀ ਜਲੰਧਰ ਆਈਏ ਤਾਂ ਇੱਥੇ ਜ਼ਰੂਰ ਰੁਕਦੇ ਹਾਂ ਅਤੇ ਜਦੋਂ ਮੈਂ ਹਜ਼ੂਰ ਸਾਹਿਬ ਗਿਆ ਸੀ ਉਦੋਂ ਵੀ ਆਪਾਂ ਪਹਿਲਾਂ ਇੱਥੇ ਰੁਕੇ ਸੀਗੇ ਅਤੇ ਜਦੋਂ ਵੀ ਕਿਤੇ ਇਸ ਰਾਤ ਹਾਨੀ ਗਾਂਹ ਗੂੰਹ ਜਾਈਏ ਤਾਂ ਇਹਨਾਂ ਦੇ ਸੈਂਡਵਿਚ ਸੁੰਡਵਿਚ ਵਗੈਰਾ ਜ਼ਰੂਰ ਖਾ ਕੇ ਲੈ ਕੇ ਹੈਂ ਇੱਧਰ ਫੋਟੋ ਸ਼ੂਟ ਚੱਲਣ ਦਿਆ ਉਹ ਸਾਹਮਣੇ ਫੋਟੋਗ੍ਰਾਫਰ 15 ਮਿੰਟ ਹੋ ਗਏ ਉਹਨੇ ਸਾਨੂੰ ਖੜਾ ਕੀਤੇ ਨੂੰ ਬਿਠਾਏ ਨੂੰ ਅਤੇ ਮੈਨੂੰ ਕਹਿਣ ਦਿਆ ਵੀ ਕਦੀ ਅੱਖਾਂ ਬੰਦ ਆ ਜਾਂਦੀਆਂ ਮੈਂ ਤਾਂ ਕਾਲੀਆਂ ਐਨਕਾਂ ਲਾਈਆਂ ਇਹਨੂੰ ਕਿੱਦਾਂ ਪਤਾ ਲੱਗ ਜਾਂਦਾ ਮੇਰੀ ਅੱਖਾਂ ਬੰਦ ਆਈਆਂ ਟਾਈਮ ਪਾਸ ਜਿਹਾ ਕਰੀ ਜਾਂਦਾ ਅਤੇ ਆਹ ਉਹ ਜਗ੍ਹਾ ਜਿੱਥੇ ਕਪਿਲ ਸ਼ਰਮਾ ਦਾ ਵਿਆਹ ਆਇਆ ਸੀ ਅਤੇ ਅੱਜ ਤਾਂ ਆਪਾਂ ਹਵੇਲੀ ਤੋਂ ਲਵਲੀ ਤੋਂ ਤਰਦੇ ਹਾਂ ਨਾ ਤਾਂ ਜਮਾਂ 5 ਕੁ ਮਿੰਟ ਦੀ ਦੂਰੀ 'ਤੇ ਹੈਗਾ ਆ ਅਤੇ ਖੱਬੇ ਬੰਨੇ ਦਿੱਲੀ ਨੂੰ ਜਾਂਦੇ ਵਕਤ ਅਤੇ ਆਹ ਹੁਣ ਕੱਟ ਲੱਭਣ ਦੇ ਆ ਹਾਈਵੇ ਦੇ ਉੱਧਰਲੇ ਬੰਨੇ ਜਾਣਾ ਆਪਾਂ ਉਹ ਮਾੜਾ ਮੈਪ ਵਾਲਾ ਟੱਕਰ ਪਿਆ ਬੰਦਾ ਕਰੇਗੀ ਇਹਨੂੰ ਨਹੀਂ ਕਹਾਂ ਤਾਂ ਮੈਂ ਨਾਲ ਲੈ ਕੇ ਆਉਣਾ ਨਾ ਇਹ ਬੰਦਾ ਕੱਚਾ ਆ ਮੈਂ ਕਹੀ ਵੀ ਜਾਂਦਾ ਮੈਂ ਕਿਹਾ ਯਾਰ ਮਾੜਾ ਮੈਪ ਵੇਖ ਲਾ ਮਾੜਾ ਜਿਹਾ ਮੈਪ ਵੇਖ ਲਾ ਯਾਰ ਵੇਖਣ ਦੀ ਲੋੜ ਹੀ ਨਹੀਂ ਤੂੰ ਸਿੱਧਾ ਚੱਲ ਵੇਖਣ ਦੀ ਲੋੜ ਹੀ ਨਹੀਂ ਸਿੱਧਾ ਚੱਲ ਮੈਂ ਖਲੋ ਕੇ ਮੈਂ ਕਿਹਾ ਕਦੀ ਮੈਪ ਦੇਖ ਕਹਿੰਦਾ ਯਾਰ ਪਿੱਛੇ ਮੁੜ ਕੇ ਜਾਣਾ ਪੈਣਾ ਵਜੇ 10-15 ਮਿੰਟ ਅੱਗੇ ਆ ਗਏ ਕਹਿੰਦਾ ਲੈ ਵੀ ਪਹੁੰਚ ਗਏ ਆਪਾਂ ਸਕੋਡਾ ਵਾਲਿਆਂ ਦੇ ਅਤੇ ਉਹ ਪਤੰਦਰਾਂ ਦਾ ਪਤਾ ਹੀ ਨਹੀਂ ਕਿੱਧਰ ਗਏ R15 ਵਾਲੇ ਕਿਤੇ ਉਹਨਾਂ ਨੂੰ ਪੁਲਿਸ ਪੁਲਿਸ ਨੇ ਤਾਂ ਨਹੀਂ ਉਹ ਲਾਦਾ ਆਪ ਗਲਤ ਰਾਹ ਪੈ ਗਏ ਅਤੇ ਸ਼ੁਕਰ ਆ ਵੀ ਐਤਕੀ ਮੈਪ ਲਾਇਆ ਸੀ ਅਤੇ ਮੈਂ ਹੀ ਪਹੁੰਚਾਇਆ ਇਹਨੇ ਅਤੇ ਆਹ ਗੱਡੀ ਆ ਜੀ ਸਕੋਡਾ ਸਲਾਵੀਆ 1.0 ਇੰਜਣ ਅਤੇ 1.5 ਲੀਟਰ ਇੰਜਣ ਦੇ ਨਾਲ ਦੋ ਆਉਂਦੇ ਆ ਇਹਦੇ ਅੰਦਰ ਵੇਰੀਐਂਟ ਸਡਾਨ ਦੇ ਵਿੱਚ ਬਾਹਲੀ ਘੈਂਟ ਗੱਡੀ ਆ ਅਤੇ ਹੁਣ ਆਪਾਂ ਵੇਖਦੇ ਹਾਂ ਇਹ ਕਿੱਦਾਂ ਫਿਰ ਡਾਊਨ ਪੇਮੈਂਟ ਇਕੱਠੀ ਕਰ ਲਈਏ ਬਸ ਉਹਦੇ ਉਹ ਜਿੱਥੋਂ ਤੁਰੇ ਆ ਨਾ ਉੱਥੋਂ ਉਦੋਂ ਦਾ ਕਹਿਣ ਦੇ R15 ਆ ਸਾਡੇ ਕੋਲ ਅਤੇ ਹੁਣ ਪਤਾ ਨਹੀਂ ਭਟਕਦੇ ਭੁਟਕਦੇ ਪਹੁੰਚੇ ਆ ਹੋਰ ਸਰ ਠੀਕ ਠਾਕ ਸਰ ਕਿਤੇ ਡਾਊਨ ਪੇਮੈਂਟ ਲੈਣ ਚੱਲ ਗਏ ਸੀਗੇ ਚਲੋ ਜੀ ਦੋ ਗੱਡੀਆਂ ਖਲੋਤੀਆਂ ਵਾ ਇੱਕ ਵਾਈਟ ਆ ਅਤੇ ਇੱਕ ਬਲੈਕ ਕਲਰ ਆ ਅਤੇ ਇੱਕ ਟੋਪ ਵੇਰੀਐਂਟ ਇੱਕ ਮਿਡ ਵੇਰੀਐਂਟ ਆ ਅਤੇ ਆਪਾਂ ਹੁਣ ਇਹਦੇ ਜਿਹੜਾ ਕੀ ਆ ਫੀਚਰ ਵਗੈਰਾ ਉਹ ਵੇਖਦੇ ਪਏ ਹਾਂ ਅਤੇ ਗੱਡੀ ਬਹੁਤ ਆਲੀਸ਼ਾਨ ਆ 5-star ਰੇਟਿੰਗ ਮਿਲੀ ਹੋਈ ਇਹਨੂੰ ਅਤੇ ਮਨ ਮੇਰਾ ਟਿਕਿਆ ਪਿਆ ਵੀ ਆਪਾਂ ਗੱਡੀ ਸ਼ਾਇਦ ਬਾਏ ਕਰ ਲਈਏ ਅਤੇ ਮਿਡ ਵੇਰੀਐਂਟ ਅਤੇ ਟੋਪ ਵੇਰੀਐਂਟ ਦੇ ਵਿੱਚ ਜਿਹੜੇ ਸਰ ਹੋਣੀ ਆ ਆਪਾਂ ਨੂੰ ਕੰਪੈਰੀਜ਼ਨ ਸਮਝਾਈ ਜਾਂਦੇ ਆ ਇਹਦੇ ਵਿੱਚ ਪੀਲੇ ਬਲਬ ਆ ਅਤੇ ਟੋਪ ਵੇਰੀਐਂਟ ਦੇ ਵਿੱਚ ਚਿੱਟੇ ਪ੍ਰੋਜੈਕਟਰ ਆਉਂਦੇ ਆ ਇਹਦੇ ਵਿੱਚ ਵੀਲ ਥੋੜ੍ਹੇ ਇੱਦਾਂ ਦੇ ਆ ਡਾਇਮੰਡ ਕੱਟ ਟਾਈਪ ਇਹਦੇ ਵਿੱਚ ਵੀਲ ਥੋੜ੍ਹੇ ਇੱਦਾਂ ਦੇ ਆ ਅਤੇ ਇਹਦੇ ਵਿੱਚ ਆ ਕਰੋਮ ਲੱਗੀ ਹੋਈ ਆ ਇਹਦੇ ਵਿੱਚ ਕਰੋਮ ਨਹੀਂ ਲੱਗੀ ਹੋਈ ਅਤੇ ਇਹਦੇ ਵੀ ਸ਼ੀਸ਼ੇ ਆਟੋਮੈਟਿਕਲੀ ਆ ਇਹਦੇ ਵੀ ਸ਼ੀਸ਼ੇ ਆਟੋਮੈਟਿਕਲੀ ਆ ਅਤੇ ਡਿੱਗੀ ਦੋਨਾਂ ਦੀ ਸੇਮ ਆ ਇਹਦੇ ਪਿੱਛੇ ਕਰੋਮ ਲੱਗਾ ਹੋਇਆ ਪਿੱਛੇ ਥੱਲੇ ਅਤੇ ਇਹਦੇ ਥੱਲੇ ਕਰੋਮ ਨਹੀਂ ਲੱਗਾ ਹੋਇਆ ਜਿਹੜੀ ਕਰੋਮ ਵਾਲੀ ਆਈਟਮ ਆ ਉਹ ਕਹਿੰਦੇ ਪਏ ਵੀ ਅਸੈਸਰੀ ਦੇ ਵਿੱਚ ਅਵੇਲੇਬਲ ਆ ਵੀ ਤੁਸੀਂ ਜੇ ਅਸੈਸਰੀ ਦੇ ਵਿੱਚ ਲੈਣੀ ਚਾਹੁੰਦੇ ਆ ਲੈ ਸਕਦੇ ਹਾਂ 585 ਲੀਟਰ ਦੀ ਡਿੱਗੀ ਦੀ ਇਹਦੀ ਸਪੇਸ ਆ ਉਹਦੇ ਵਿੱਚ ਵੀ 585 ਦੀ ਅਤੇ ਜਿਹੜੀ ਪਿੱਛੇ ਅੱਜ ਕੱਲ੍ਹ ਇਹਦੇ ਪਿੱਛੇ ਲੋਗੋ ਨਹੀਂ ਹੁੰਦਾ ਸਕੋਡਾ ਲਿਖਿਆ ਹੋਇਆ ਵੱਡਾ ਸਾਰਾ ਅਤੇ ਸਲਾਵੀਆ ਅਤੇ ਸੇਮ ਇਹਦੇ ਵਿੱਚ ਵੀ ਇੱਦਾਂ ਹੀ ਆ ਪਿੱਛੇ ਲੋਗੋ ਨਹੀਂ ਗਾ ਸਕੋਡਾ ਲਿਖਿਆ ਹੋਇਆ ਸਲਾਵੀਆ ਅਤੇ ਜਿਹੜੀ ਇਹਦੀ ਅੱਗੇ ਬੈਜ ਲੱਗਾ ਹੋਇਆ ਨਾ ਇਹ ਬਹੁਤ ਬੰਬ ਆ ਅਤੇ ਅੱਗਿਓਂ ਬਾਹਲੀ ਲਗਜ਼ਰੀ ਲੱਗਦੀ ਆ ਹੁਣ ਆਪਾਂ ਅੰਦਰ ਦਾ ਸਿਸਟਮ ਸਮਝਦੇ ਹਾਂ ਮੋਟਾ ਮੋਟਾ ਮੈਂ ਤੁਹਾਨੂੰ ਸਮਝਾ ਦਿੱਤਾ ਅਤੇ ਓਵਰਆਲ ਜਿਹੜੀ ਗੱਡੀ ਦੀ ਲੁੱਕ ਆ ਉਹ ਬਹੁਤ ਵਧੀਆ ਆ ਗੱਲ ਹੈਗੀ ਮੇਨ ਸੇਫਟੀ ਦੀ ਜਦੋਂ ਆਪਾਂ ਗੱਡੀ ਲਈਏ ਕੋਈ ਸੇਫਟੀ ਸੂਫਟੀ ਦਾ ਚੱਕਰ ਜ਼ਰੂਰ ਵੇਖਣਾ ਚਾਹੀਦਾ ਆ ਬਈ ਜੇ ਆਪਣੀ ਗੱਡੀ ਦੀ ਸੇਫਟੀ ਸੀ ਕਿਤੇ ਨਾ ਕਿਤੇ ਆਪਾਂ ਤਾਂਹੀਓ ਬਚੇ ਹਾਂ ਮਾੜੀਆਂ ਮੋਟੀਆਂ ਸੱਟਾਂ ਲੱਗੀਆਂ ਤਾਂਹੀਓ ਦੂਸਰੀ ਵਾਲੀ ਸ਼ੋਰੂਮ 'ਚ ਖੜ੍ਹੇ ਹੋਏ ਹਾਂ ਜੇ ਕਿਤੇ ਵਾਹਵਾ ਸੱਟ ਲੱਗ ਜਾਂਦੀ ਤਾਂ ਕੀ ਕਰਦੇ ਹੈ ਨਾ ਕੁਛ ਪੱਲੇ ਬਚਦਾ ਹੀ ਨਾ ਆਪਣੇ ਅਤੇ ਗੱਡੀਆਂ ਵਾ ਲੋਹਾ ਵਾ ਇਹ ਸਾਰਾ ਕੁਝ ਆ ਜਾਂਦਾ ਵਾ ਜੇਕਰ ਮੇਰੇ ਸੱਟ ਲੱਗ ਜਾਂਦੀ ਉਸ ਚੀਜ਼ ਨੇ ਮੈਨੂੰ ਬਚਾਇਆ ਤਾਂਹੀਓ ਮੈਂ ਇਸ ਕਰਕੇ ਸੇਫਟੀ ਨੂੰ ਦੇਖਦਾ ਪਿਆ ਇਸ ਤੋਂ ਪਹਿਲਾਂ ਮੈਂ ਇੱਕ ਵਾਰੀ ਸ਼ੋਰੂਮ 'ਚ ਜਾ ਚੁੱਕਾ ਸਾਈ ਵੀ ਦੇਣ ਲੱਗੇ ਸੀ ਗੱਡੀ ਦੀ ਪਰ ਮੈਂ ਉਹ ਗੱਡੀ 'ਤੇ ਮਤਲਬ ਡਨ ਨਹੀਂ ਕੀਤੀ ਸਿਰਫ ਆ ਸੇਫਟੀ ਫੀਚਰ ਕਰਕੇ ਅਤੇ ਇਹਦੀਆਂ ਮੈਂ ਕਾਫੀ ਵੀਡੀਓ ਵੇਖ ਕੇ ਆਇਆ ਅੰਦਰੋਂ ਵੀ ਗੱਡੀ ਪੂਰੀ ਲਗਜ਼ਰੀ ਆ ਪੂਰੀ ਘੈਂਟ ਗੱਡੀ ਆ ਬੈਠ ਕੇ ਪੂਰਾ ਫੀਲ ਹੁੰਦਾ ਵਾ ਸੋਹਣਾ ਵਾ ਅਤੇ ਇਹ ਆਟੋ ਆ ਅਤੇ ਇੱਕ ਮੈਨੂਅਲ ਆ ਦੋਨਾਂ 'ਚੋਂ ਵੇਖ ਲਾਂਗੇ ਵੀ ਖੜ੍ਹੇ ਪੈਰ ਜਿਹੜੀ ਆਪਾਂ ਨੂੰ ਲੱਗੂਗੀ ਆਪਾਂ ਉਹ ਗੱਡੀ ਡਨ ਕਰ ਦੇਵਾਂਗੇ ਅਤੇ ਲਓ ਜੀ ਆਪਾਂ ਟੈਸਟ ਡਰਾਈਵ ਲੈ ਕੇ ਆ ਗਏ ਹਾਂ ਅਤੇ ਆਲ ਓਵਰ ਗੱਡੀ ਬਹੁਤ ਘੈਂਟ ਆ ਅਤੇ ਮਤਲਬ ਇਹਦੇ ਵਿੱਚ ਨਾ ਪੈਟਰੋਲ ਦੇ ਵਿੱਚ ਟਰਬੋ ਜਿਹੜੀ ਗੱਡੀ ਸੀ ਉਹ ਇਹੀ ਅਵੇਲੇਬਲ ਸੀ ਟੈਸਟ ਡਰਾਈਵ 'ਤੇ ਲੈ ਕੇ ਆਏ ਨਾਲੇ ਮੈਨੂਅਲ ਸੀਗੀ 6 ਗੇਅਰ 1 ਰਿਵਰਸ ਅਤੇ ਆ ਇਹਦੇ ਵਿੱਚ ਲਾਈਟਾਂ ਵੀ ਆਉਂਦੀਆਂ ਆ ਬਾਕੀ ਓਵਰਆਲ ਲੁੱਕ ਦੇਖੋ ਜਿਹੜੀ ਓਵਰਆਲ ਲੁੱਕ ਆ ਨਾ ਬਹੁਤ ਘੈਂਟ ਆ ਚਲਾ ਕੇ ਦੇਖੀ ਗੱਡੀ ਬੰਬ ਦੂਸਰੀ ਗੱਲ ਹੈਗੀ ਆ ਫਿਰ ਮੈਂ ਕਰਦਾ ਜਿਹੜੀ ਕੀ ਉਹਨੂੰ ਕਹਿੰਦੇ ਆ
ਆਪਾਂ ਕਰੂਜ਼ ਮੋਡ ਤੇ ਲਾ ਦਿੰਦੇ ਆ, ਇਹਦੇ ਵਿੱਚ ਕਰੂਜ਼ ਮੋਡ ਮਿਲ ਜਾਂਦੇ ਆ, ਪੂਰਾ ਡਿਜੀਟਲੀ ਮੀਟਰ ਆ ਸਾਹਮਣੇ, ਆ ਲੈਦਰ ਦੀ ਆਪਾਂ ਨੂੰ ਸਟੀਅਰਿੰਗ ਮਿਲਦਾ ਪਿਆ ਆ, 10 ਪੁਆਇੰਟ ਪਤਾ ਕਿੰਨੇ ਇੰਚ ਦੀ ਸਕਰੀਨ ਮਿਲਦੀ ਪਈ ਆ, ਹੈ ਨਾ, ਅਤੇ ਆ ਆ ਕੁਛ ਕੁ ਫੀਚਰ ਇਹਦੇ ਵਿੱਚ ਆ, ਅਤੇ ਆਹ ਜਿਹੜੀ ਕੰਫਰਟ ਆਹ ਪੂਰੀ ਗੱਦੀ ਲੱਗੀ ਹੋਈ ਆ ਅੱਗੇ ਪਿੱਛੇ, ਅਤੇ ਇਹਦੇ ਵਿੱਚ ਆਹ ਜਗ੍ਹਾ ਆ ਇੱਕ, ਆਹ ਲੋਕਰ ਕਾਗਜ਼ ਰੱਖਣ ਵਾਸਤੇ, ਇਹਦੇ ਵਿੱਚ ਉਹ ਏਸੀ ਜਿਹਾ ਲੱਗਾ ਹੋਇਆ, ਅਤੇ ਇੱਕ ਹੈਗਾ ਆ ਆਹ ਹਿਸਾਬ ਕਿਤਾਬ, ਇਹਦੇ ਵਿੱਚ ਆਪਾਂ ਕੁਛ ਵੀ ਬਟੂਆ ਬਟੂਆ ਰੱਖ ਸਕਦੇ ਹਾਂ, ਅਤੇ ਆਪਾਂ ਹੁਣ ਜਾ ਰਹੇ ਹਾਂ, ਪਤਾ ਨਹੀਂ ਕਿੱਥੇ ਜਾ ਰਹੇ ਹਾਂ ਪਰ ਜਾ ਰਹੇ ਹਾਂ, ਅਤੇ ਠੀਕ ਆ ਜੀ ਸਾਰੀ ਗੱਲਬਾਤ ਹੋ ਗਈ ਆ, ਅਤੇ ਹੁਣ ਆਪਾਂ ਚੱਲੀਏ ਘਰੋਂ, ਫੋਨ ਆਇਆ ਸੀ ਮੰਮੀ ਹੁਣਾਂ ਦਾ, ਅਤੇ ਗਾਲਾਂ ਗੁਲਾਂ ਪੈ ਗਈਆਂ, ਅਤੇ ਜਿਹੜੀ ਮੇਰੀ ਸਮਾਇਲ ਆ ਝੂਠੀ ਜੀ ਆ। ਹੈਲੋ ਹੈਲੋ ਗੱਡੀ ਆ ਵੀ ਕੀ ਕਹਿੰਦੇ ਉਹਦੇ ਲਈ ਆ ਨਾ, ਟੈਸਟ ਡਰਾਈਵ ਵਾਸਤੇ ਆ ਨਾ, ਜਿਹਨਾਂ ਦੇ ਉੱਤੇ ਲਿਖਿਆ ਆਹ ਟੋਪ ਮਾਡਲ ਆ। ਅਤੇ ਲਓ ਜੀ ਹੁਣ ਆਪਾਂ ਪਹੁੰਚੇ ਹੋਏ ਹਾਂ ਫੋਕਸ ਵੈਗਨ ਵਾਲਿਆਂ ਦੇ, ਅਤੇ ਗੱਡੀ ਵੇਖਣ ਦੇ ਵਰਟਸ, ਅਤੇ ਵਰਟਸ ਦੇ ਵਿੱਚ ਇਹ ਹੈਗੀ ਆ ਮੈਨੂਅਲ, ਅਤੇ ਇਹਦੇ ਵਿੱਚ ਵੀ ਮੇਰੇ ਹਿਸਾਬ ਨਾਲ ਉਹ ਸੇਮ ਸਕਰੀਨ ਉਨੀ ਕੀ ਆ। ਇਹਦਾ ਜਿਹੜਾ ਸਟੀਅਰਿੰਗ ਵੀਲ ਆ ਉਹ ਥੋੜ੍ਹਾ ਜਿਹਾ ਉਹਦੇ ਮੁਕਾਬਲੇ ਲਗਜ਼ਰੀ ਥੋੜ੍ਹਾ ਜਿਹਾ ਘੱਟ ਲੱਗਣ ਦਿਆ, ਇਹਦੇ ਵਿੱਚ ਆਹ ਹਿਸਾਬ ਆ, ਉਹਦੇ ਵਿੱਚ ਇੱਥੋਂ ਆ ਟਵਿੱਟਰ ਜਿਹਾ ਚੱਲਣ ਦਿਆ ਸੀ, ਟੁੰਟੁਣੀਆਂ ਜਿਹੀਆਂ ਲੱਗੀਆਂ ਸੀ, ਮਤਲਬ ਵੇਖਣ ਨੂੰ ਤੁਸੀਂ ਵੇਖ ਹੀ ਲਿਆ ਨਾ ਪਿਛਲੀ ਕਲਿੱਪ ਦੇ ਵਿੱਚ, ਉਹ ਥੋੜ੍ਹਾ ਜ਼ਿਆਦਾ ਸੋਭਦਾ ਸੀ, ਉਹਦੇ ਵਿੱਚ ਡਿਜੀਟਲ ਮੀਟਰ ਸੀ, ਇਹਦੇ ਵਿੱਚ ਸੂਈਆਂ ਵਾਲਾ ਮੀਟਰ ਆ, ਅਤੇ ਬਾਕੀ ਜਿਹੜਾ ਡੈਸ਼ਬੋਰਡ ਆ ਉਹ ਆਲ ਓਵਰ ਮਤਲਬ ਸੋਹਣਾ ਸੋਹਣਾ ਲੱਗਦਾ ਪਿਆ, ਅਤੇ ਆ ਗੱਬੇ ਸੇਮ ਇੱਦਾਂ ਹੀ ਆ, ਉਹਦੇ ਵਿੱਚ ਵੀ ਆ ਚਾਰਜਿੰਗ ਵਾਲਾ ਸਿਸਟਮ ਇੱਦਾਂ ਹੀ, ਇਹਦੇ ਵਿੱਚ ਪਲੱਸ ਪੁਆਇੰਟ ਇਹ ਆ ਇਹਦੇ ਵਿੱਚ ਦੂਸਰਾ ਚਾਰਜਰ ਆ, ਆਟੋਮੈਟਿਕਲੀ ਜੇ ਚਾਰਜ ਹੁੰਦਾ ਆਈਫੋਨ ਦੇ ਵਿੱਚ ਰੱਖ ਦੋ ਤਾਂ ਚਾਰਜ ਹੋਣ ਲੱਗ ਪਊਗਾ, ਆ ਆਲਮੋਸਟ ਆਹ ਚੀਜ਼ ਵੀ ਸੇਮ ਸੀ, ਅਤੇ ਬਾਕੀ ਹੁਣ ਵੇਖਦੇ ਹਾਂ ਆਹ ਆਹ ਵੀ ਸਹੀ ਆ। ਵਟਸ ਫੋਕਸ ਵੈਗਨ ਦਾ ਨਾਮ ਆ, ਅਤੇ ਇਹ ਫੋਕਸ ਵੈਗਨ ਹੋਈ, ਸਕੋਡਾ ਹੋਈ, ਇਹ ਸਾਰੇ ਮਤਲਬ 12 ਕੰਪਨੀਆਂ ਦਾ ਇੱਕ ਯੂਨਿਟ ਬਣਿਆ ਹੋਇਆ, ਵਿੱਚ ਓਡੀ ਆਉਂਦੀ ਆ, ਡੁਗਾਟੀ ਆਉਂਦੀ ਆ, ਮਤਲਬ ਇਹ ਕਿਤੇ ਨਾ ਕਿਤੇ ਪ੍ਰੀਮੀਅਰ ਦੇ ਵਿੱਚ ਐਡ ਹੋ ਜਾਂਦੀ ਆ। ਫੋਕਸ ਵੈਗਨ ਸੇਫਟੀ ਵਜੋਂ ਇੱਕ ਨੰਬਰ, ਸਕੋਡਾ ਸੇਫਟੀ ਵਜੋਂ ਇੱਕ ਨੰਬਰ। ਪਹਿਲਾਂ ਤਾਂ ਅਸੀਂ ਇੱਥੇ ਆਣ ਕੇ ਕਿਹਾ ਵੀ ਅਸੀਂ ਕੁਛ ਨਹੀਂ ਪੀਣਾ, ਅਤੇ ਹੁਣ ਇੱਧਰ ਹੁਣ ਇੱਧਰ ਕੋਈ ਛੱਡਣ ਨਹੀਂ ਦੇ। ਪਤੰਦਰਾਂ ਨੇ ਚਮਚਾ ਵੀ ਉੱਦਾਂ ਕਦੇ ਰੱਖਿਆ ਵਾ ਵੀ ਬੰਦਾ ਉਨਾ ਕੀ ਚੱਕੇ ਵੀ ਦੋ ਚਾਰ ਚੱਕੂਗਾ, ਸ਼ਰਮ ਮੰਨੂਗਾ। ਅਤੇ ਆਹ ਗੱਡੀ ਆ ਜੀ ਵਟਸ, ਜਿਹੜੀ ਆਪਾਂ ਨੂੰ ਇਹ ਵੀ ਪਸੰਦ ਆ, ਪਰ ਚੱਕਰ ਇੱਦਾਂ ਕਿ ਇਹਦੇ ਵਿੱਚ ਜਿਹੜੇ ਕਲਰ ਆ ਉਹ ਬੜੇ ਥੋੜ੍ਹੇ ਥੋੜ੍ਹੇ ਆ, ਵਾਈਟ ਕਲਰ ਆਉਂਦਾ ਆ ਜਿਹੜਾ ਆਪਾਂ ਨੂੰ ਪਸੰਦ ਆ, ਪਰ ਇਹਦੇ ਵਿੱਚ ਕੁਝ ਬਲੈਕ ਵੀਲ ਜਾਂ ਕੋਈ ਹੋਰ ਉਹ ਰਿਮ ਰੁਮ ਨਹੀਂ ਆਉਂਦੇ, ਹੈ ਨਾ। ਖੈਰ ਕੋਈ ਦਿੱਕਤ ਵਾਲੀ ਗੱਲ ਨਹੀਂ, ਹੁਣ ਆਪਾਂ ਇੱਕ ਵਾਰੀ ਇਹਦੀ ਵੀ ਡੈਸ਼ ਡਰਾਈਵ ਲੈ ਕੇ ਦੇਖਣੀ ਆ, ਜੇ ਆਪਾਂ ਨੂੰ ਵਧੀਆ ਲੱਗ ਗਈ, ਇਹ ਵੀ ਸੈੱਟ ਬੈਠ ਗਈ, ਇਹਦਾ ਵੀ ਟਰਬੋ ਇੰਜਣ, ਤਾਂ ਫਿਰ ਇਹ 'ਚ ਵੀ ਆਪਾਂ ਕੁਛ ਸੋਚ ਸਕਦੇ ਹਾਂ। ਗੱਡੀ ਤਾਂ ਬਲੌਨ 'ਤੇ ਲੈਣੀ ਆ। ਇਹਦੀ ਜਿਹੜੀ ਸਾਹਮਣੇ ਲੁੱਕ ਆ ਉਹ ਕੁਛ ਇੱਦਾਂ ਦੀ ਆ, ਅਤੇ ਜਿੱਦਾਂ ਉਹਦੇ ਵਿੱਚ ਵੱਡੀ ਗਰਿੱਲ ਲੱਗੀ ਹੋਈ ਸੀ, ਇਹਦੇ ਵਿੱਚ ਉਹ ਹਿਸਾਬ ਦਾ ਨਹੀਂ ਹੈਗਾ। ਬਾਕੀ ਇਹਦੀ ਬਿਲਡ ਕੁਆਲਿਟੀ ਜਿਹੜੀ ਆ ਉਹ ਬੜੀ ਤਕੜੀ ਆ, ਹੈ ਨਾ। ਜਿਹੜੀ ਇਹਦੀ ਡਿੱਗੀ ਦੇ ਵਿੱਚ ਸਪੇਸ ਆ ਉਹ ਹੈਗੀ ਆ ਕੋਈ 500 ਅਤੇ 21 ਲੀਟਰ ਦੀ, ਹੈ ਨਾ, ਉਹ 'ਚ ਸੀਗੀ 585 ਦੀ, ਅਤੇ ਮਤਲਬ ਥੋੜ੍ਹਾ ਜਿਹਾ ਘੱਟ ਪਰ ਠੀਕ ਆ। ਅਤੇ ਪਤਾ ਨਹੀਂ 17 ਇੰਚੀ ਰਿਮ ਸੀਗੇ ਸ਼ਾਇਦ, ਆਹੋ 17 ਇੰਚੀ ਦੇ ਰਿਮ ਆਉਂਦੇ ਆ, ਅਤੇ ਬਾਕੀ ਆਪਦੇ ਵਾਂਗੂ ਹੀ ਸੇਮ ਕਰੋਮ ਇਹਦੇ ਵਿੱਚ ਆ, ਉਹਦੇ ਵਿੱਚ ਵੀ ਜਿਹੜਾ ਆਪਾਂ ਵੇਰੀਅੰਟ ਦੇਖਦੇ ਵਿੱਚ ਹੈ ਨਹੀਂ ਸੀ, ਬਟ ਉਹ ਕਹਿੰਦੇ ਕਰੋਮ ਲੱਗ ਜਾਊਗੀ ਅਸੈਸਰੀ ਦੇ ਵਿੱਚ। ਬਾਕੀ ਤੁਸੀਂ ਸਟੀਅਰਿੰਗ ਸਟੂਰਿੰਗ ਅੰਦਰੋਂ ਦੇਖ ਰਿਹਾ ਥੋੜ੍ਹੇ ਲਗਜ਼ੀਰੀਅਸ, ਉਹਦੇ ਨਾਲੋਂ ਘੱਟ ਆ, ਬਟ ਸਕਰੀਨ ਸਕਰੂਨ ਦੇਖੀ ਜਾਵੇ ਉਹ ਥੋੜ੍ਹੀ ਜ਼ਿਆਦਾ ਵਧੀਆ, ਫਿਟਿੰਗ ਫੁਟਿੰਗ ਇਹਦੀ। ਇਹਦਾ ਹੈਗਾ ਸੂਈ ਵਾਲਾ ਮੀਟਰ, ਉਹਦੇ ਵਿੱਚ ਸਾਰਾ ਕੋਈ ਡਿਜੀਟਲ ਮੀਟਰ ਸੀਗਾ, ਇਹਦੇ ਵਿੱਚ ਕਰੂਜ਼ ਕੰਟਰੋਲ ਆ, ਉਹਦੇ ਵਿੱਚ ਵੀ ਕਰੂਜ਼ ਕੰਟਰੋਲ ਆ, ਅਤੇ ਬਾਕੀ ਸਪੀਕਰਾਂ ਦੀ ਥੋੜ੍ਹੇ ਦੇਖਿਆ, ਇਹਦੇ ਵਿੱਚ ਹਲਕੀ ਜਿਹੀ ਇਹਦੇ ਵਿੱਚ ਥੋੜ੍ਹੇ ਜਿਹਾ ਮੈਨੂੰ ਘੱਟ ਲੱਗਾ ਵੀ ਸਪੀਕਰਾਂ ਦੀ ਜਿਹੜੀ ਸਾਊਂਡ ਕੁਆਲਿਟੀ ਆ, ਪਰ ਉਹਦੇ ਵਿੱਚ ਵਧੀਆ ਸੀ। ਅਤੇ ਬਾਕੀ ਬਿਲਡ ਕੁਆਲਿਟੀ ਵੇਖੀ ਜਾਵੇ ਆਲ ਓਵਰ ਮਜ਼ਬੂਤ ਆ, ਦੋਨੇ ਗੱਡੀਆਂ ਦੋਵੇਂ ਜਰਮਨ ਦੀ ਜਿਹੜੀ ਤਕਨੀਕ ਆ। ਅਤੇ ਬਾਕੀ ਕਲਰ ਦੀ ਗੱਲ ਰਹੀ, ਵਾਈਟ ਕਲਰ ਆ, ਹੁਣ ਜੇ ਵਾਈਟ ਕਲਰ ਲਊਂਗਾ ਤਾਂ ਨਾਲ ਮੈਂ ਸੋਚਦਾ ਵਾਂ ਇਹਦੇ ਬਲੈਕ ਰਿਮ ਲਈ ਆਪਾਂ ਕੁਛ ਵੀ ਬਾਹਰੋਂ ਨਾ ਪਾਈਏ, ਜਿਵੇਂ ਦੀ ਉਹ ਦੇਖੋ ਜਿਵੇਂ ਦੇ ਉਹ ਰਿਮ ਆ, ਬਟ ਉਹ ਕਹਿੰਦੇ ਨਹੀਂ ਤੁਸੀਂ ਬਾਹਰੋਂ ਕਰਵਾ ਸਕਦੇ ਹਾਂ, ਕੰਪਨੀ ਜੋ ਦੇ ਰਹੀ ਆ ਆਪਾਂ ਉਹੀ ਦੇਵਾਂਗੇ। ਇਹਦੇ ਵਿੱਚ 5 ਕਲਰ ਆਉਂਦੇ ਆ। ਅਤੇ ਹੁਣ ਟੈਸਟ ਡਰਾਈਵ ਵਾਸਤੇ GT ਖੜ੍ਹੀ ਆ, ਅਤੇ GT ਆਪਾਂ ਟੈਸਟ ਡਰਾਈਵ ਨਹੀਂ ਲੈਣੀ ਚਾਹੁੰਦੇ, ਉਹ ਚੱਕਰ ਇਹ ਆ ਕਿ GT ਜਿਹੜੀ ਆ ਉਹਦਾ ਪਾਵਰਫੁੱਲ ਇੰਜਣ ਆ, ਹੈ ਨਾ, 22 ਲੱਖ ਰੁਪਏ ਦੀ ਤਕਰੀਬਨ ਪੈਂਦੀ ਆ, ਅਤੇ ਆਪਾਂ ਤਾਂ ਇੰਜਣ ਟੈਸਟ ਕਰਨਾ, ਅਤੇ ਟੈਸਟ ਵੀ ਉਹਦੇ ਕਰਾਂਗੇ ਜਿਹੜੀ ਆਪਾਂ ਗੱਡੀ ਬਾਈ ਕਰਾਂਗੇ। ਅਤੇ ਹੁਣ ਆਪਾਂ ਚੱਲੀਏ। ਅਤੇ ਲਓ ਜੀ ਆਪਾਂ ਫੋਕਸ ਵੈਗਨ ਤੋਂ ਆ ਗਏ ਹਾਂ ਬਾਹਰ ਆਪਣੇ ਫਿਰ ਮੋਟਰਸਾਈਕਲ 'ਤੇ, ਅਤੇ ਪਤਾ ਕਰ ਲਿਆ ਉਹ ਕਹਿੰਦੇ ਕੱਲ੍ਹ ਨੂੰ ਟੈਸਟ ਡਰਾਈਵ ਦਵਾ ਦੇਵਾਂਗੇ। ਐਕਚੁਅਲੀ ਦੇ ਵਿੱਚ ਟੈਸਟ ਡਰਾਈਵ ਦਵਾਉਂਦੇ ਪਏ ਸੀ ਇਸ ਗੱਡੀ ਦੀ, ਇਹ ਵੀ ਹੈਗੀ ਵਟਸ GT, ਇਹ ਹੈਗੀ ਆ ਤਕਰੀਬਨ 20 ਤੋਂ 22 ਲੱਖ ਦੀ, ਜੇ 1.5 CC ਦਾ ਇੰਜਣ ਓਕੇ, ਅਤੇ ਪਰ ਆਪਾਂ ਨੂੰ ਚਾਹੀਦਾ ਆ 1.0 ਦੀ ਟੈਸਟ ਡਰਾਈਵ, ਉਹਦੀ ਟੈਸਟ ਡਰਾਈਵ ਵੀ ਕਰਨੀ ਆ ਜਿਹੜੀ ਆਪਾਂ ਗੱਡੀ ਬਾਏ ਕਰਨੀ ਆ। ਆਪਾਂ ਉਹਦੀ ਟੈਸਟ ਡਰਾਈਵ ਨਹੀਂ ਕਰਨੀ ਜਿਹੜੀ ਗੱਡੀ ਆਪਾਂ ਬਾਏ ਨਹੀਂ ਕਰਨੀ, ਹੈ ਨਾ, ਕਿਉਂਕਿ ਇਹਦਾ ਪਾਵਰਫੁੱਲ ਇੰਜਣ ਆ, ਇਹਨੂੰ ਚਲਾਵਾਂਗੇ ਤਾਂ ਸਵਾਦ ਆ ਜਾਣਾ ਪੂਰਾ, ਅਤੇ ਆਪਾਂ ਕਹਿਣਾ ਠੀਕ ਆ ਓਕੇ। ਬਟ ਜਿਹੜੀ ਗੱਡੀ ਆਪਾਂ ਬਾਏ ਕਰਨੀ ਆ ਉਹਦਾ ਉਹਦੀ ਪਰਫੋਰਮੈਂਸ ਇਹਦੇ ਬਦਲੇ ਘੱਟ ਆ, ਹੈ ਨਾ, ਪੈਸੇ ਵੀ ਚੰਗੇ ਆ। ਅਤੇ ਬਾਕੀ ਰਹੀ ਗੱਲ ਵਾਈਟ ਗੱਡੀ ਦੀ, ਅਤੇ ਮੈਂ ਚਾਹੁੰਦਾ ਸੀ ਇੱਦਾਂ ਦੇ ਬਲੈਕ ਵੀਲ ਵਿੱਚ ਹੋ ਜਾਣ ਨਾ ਤਾਂ ਬਹੁਤ ਸੁਭਦੀ ਆ,
ਤੇ ਇਹਨਾਂ ਦਾ ਰੇਟ ਉਹਨਾਂ ਦੇ ਮੁਕਾਬਲੇ ਵਧਿਆ ਵਧਿਆ ਜੋ ਗੱਲ ਸੱਚ ਆ ਉਹ ਆਪਾਂ ਤੁਹਾਨੂੰ ਦੱਸ ਦਿੱਤੀ ਚਲੋ ਜੀ ਜਦ ਦੀਆਂ ਸੜਕਾਂ ਦੇ ਉੱਤੇ ਇਸ ਵੇਲੇ ਘੁੰਮ ਰਹੇ ਹਾਂ ਗੱਲਾਂ ਬਾਤਾਂ ਕਰ ਰਹੇ ਹਾਂ ਅਤੇ ਸਲਾਹ ਇਹ ਚੱਲਣ ਦੀ ਕਿ ਖਾਧਾ ਕੀ ਜਾਵੇ ਖਾਣੀ ਰੋਟੀ ਹੋਈ ਆ ਅਤੇ ਕੋਈ ਜਗ੍ਹਾ ਟਿਕਾਣਾ ਵੇਖ ਕੇ ਫਿਰ ਖਾਂਦੇ ਹਾਂ ਅਤੇ ਮਾਡਲ ਟਾਊਨ ਤੇ ਨਵੀਨ ਆਪਾਂ ਨੂੰ ਪਤਾ ਨੀ ਕਿਸੇ ਜਗ੍ਹਾ ਤੇ ਲੈ ਕੇ ਆਇਆ ਬਫੇ ਕਹਿੰਦਾ ਬੜਾ ਵਧੀਆ ਓਦਾਂ ਮੈਂ ਬਫੇ ਖਾਧਾ ਆ ਪਰ ਦਿਲ ਨੂੰ ਸਕੂਨ ਜਿਹਾ ਨੀ ਮਿਲਿਆ ਪਰ ਇਹਦੀ ਗਰੰਟੀ ਤੇ ਅੱਜ ਫਿਰ ਇੱਕ ਵਾਰੀ ਆਪਾਂ ਬਫੇ ਲੱਗੇ ਹਾਂ ਛਕਣ ਤੇ ਪਹਿਲਾਂ ਜਗਾੜ ਮਾੜਾ ਮੋਟਾ ਪੀਜ਼ਾ ਨਿਊਡਲ ਤੇ ਆ ਜੋ ਵੀ ਆ ਇੱਕ ਦਹੀਂ ਭੱਲਾ ਪਹਿਲੀ ਵਾਰੀ ਜੋ ਤੈਨੂੰ ਜ਼ਿਆਦਾ ਮਾਡਲ ਟਾਊਨ ਚੈੱਕ ਕਰੀ ਖਾਧਾ ਸੀ ਆਪਾਂ ਨਹੀਂ ਭੱਲਾ ਨਹੀਂ ਨਹੀਂ ਬਫੇ ਖਾਧਾ ਸੀ ਮਾਡਲ ਟਾਊਨ 'ਚ ਅੱਛਾ ਹਾਂ ਜਿੱਥੇ ਦਹੀਂ ਭੱਲਾ ਹੈ ਨਹੀਂ ਉੱਥੇ ਕਈ ਜਗ੍ਹਾ ਹੁੰਦਾ ਕਈ ਜਗ੍ਹਾ ਨਹੀਂ ਹੁੰਦਾ ਲੈ ਬਾਈ ਮਾੜਾ ਮੋਟਾ ਚਾਈਨੀਜ਼ ਤੋਂ ਬਾਅਦ ਰੋਟੀ ਰਾਟੀ ਖਾ ਲਈ ਆ ਅਤੇ ਜਿੰਨੇ ਕੁ ਪੈਸੇ ਵਸੂਲਣੇ ਸੀ ਆਪਾਂ ਵਸੂਲ ਲਏ ਇਹਨਾਂ ਦੋਨਾਂ ਨੇ ਜ਼ਿਆਦਾ ਵਸੂਲੇ ਆ ਮੈਂ ਹਜੇ ਥੋੜ੍ਹਾ ਜਿਹਾ ਘੱਟ ਹੀ ਖਾਧਾ ਉਹ ਹਜੇ ਅਜੇ 15 ਕੁ ਮਿੰਟਾਂ ਵਿੱਚੋਂ ਕਹਿਣ ਦਾ ਉਹ ਕਹਿ ਲਓ ਰੋਟੀ ਲੈ ਕੇ ਆਈ ਅਤੇ ਠੀਕ ਆ ਇਕੱਲਾ ਨਵੀਨ ਆ ਜਿਹੜਾ ਸਾਡੇ ਸਾਰਿਆਂ ਦਾ ਮੁੱਲ ਤਾਰਨ ਦਿਆ ਅਤੇ ਆਪਣਾ ਠੀਕ ਆ ਆਪਣਾ ਸੈੱਟ ਹੋ ਗਿਆ ਕੰਮ ਲਓ ਜੀ ਰੋਟੀ ਪਾਣੀ ਆਪਾਂ ਛਕ ਲਈ ਆ ਅਤੇ ਹੁਣ ਆਪਾਂ ਨਿਕਲ ਪਏ ਹਾਂ ਘਰ ਵੱਲ ਨੂੰ ਤਕਰੀਬਨ ਸਮਾਂ ਹੋ ਚੁੱਕਾ ਰਾਤ ਦੇ 9 ਅਤੇ ਜਲੰਧਰ ਦੀਆਂ ਸੜਕਾਂ 'ਤੇ ਘੁੰਮਣ ਦੇ ਹਾਂ ਅਤੇ ਹੁਣ ਘਰ ਚਲੀਏ ਮੇਰਾ ਮਾਤਾ ਨੇ ਰੇਲ ਬੰਨ ਦੇਣੀ ਆਪਣੀ ਅਤੇ ਰੇਲ ਇੱਦਾਂ ਦੀ ਬੰਨਣੀ ਆ ਵੀ ਪਤਾ ਨਹੀਂ ਲੱਗਣਾ ਵੀ ਛਿੱਤਰ ਪੈਣ ਕਿੱਧਰ ਦੀ ਰਹੇ ਆ ਅਤੇ ਜਿੰਨੇ ਛਿੱਤਰ ਮੇਰੇ ਪੈਂਦੇ ਆ ਓਨੇ ਕੁ ਛਿੱਤਰ ਜੋਤਦੇ ਪੈਂਦੇ ਆ ਮੰਮੀ ਕੋਲੋਂ ਕੰਮ ਸੇਮ ਹੀ ਆ ਇਹ ਗੱਲ ਸੱਚ ਆ ਬਸ ਆਪਾਂ ਦੁਨੀਆਂ 'ਤੇ ਕਿਸੇ ਤੋਂ ਨਹੀਂ ਡਰਦੇ ਸਵਾਏ ਆਪਣੀ ਮਾਤਾ ਕੋਲੋਂ ਅਤੇ ਇੱਧਰ ਮੇਲਾ ਲੱਗਾ ਜਲੰਧਰ ਇੱਧਰ ਹਜੇ ਮਹੀਨਾ ਕੁ ਲੰਘਦਾ ਨਹੀਂ ਫਿਰ 1.5-2 ਮਹੀਨੇ ਦੇ ਮੇਲਾ ਲੱਗ ਜਾਂਦਾ ਅਤੇ ਜੋ ਜਨਤਾ ਆ ਰਾਤ ਨੂੰ ਤੁਰੀ ਇਹਦੇ ਵਾਹਵਾ ਰੀਲਾਂ ਰੂਲਾਂ ਬਣਨ ਦੀਆਂ ਹੈਗੀਆਂ ਇੰਸਟਾਗ੍ਰਾਮ ਦੇ ਉੱਤੇ ਅਤੇ ਇੱਧਰ ਲੱਗਾ ਮੇਲਾ ਚਲੋ ਜੀ ਆਪਾਂ ਖਲੋਤੇ ਹਾਂ ਇਸ ਵੇਲੇ ਬਾਈਪਾਸ ਕਪੂਰਥਲੇ ਆਣ ਕੇ ਅਤੇ ਉਹ ਪਿੱਛੇ ਪੁਲਿਸ ਖਲੋਤੀ ਸੀ ਅਤੇ ਆਪਾਂ ਤਾਂ ਲੰਘ ਕੇ ਆ ਗਏ ਅਤੇ ਉਹ ਚੰਦਰੇ ਥੋੜ੍ਹੇ ਡਰ ਗਏ ਕਿਉਂਕਿ ਉਹਨਾਂ ਨੇ ਹੈਲਮਟ ਲਏ ਰੋਕਣ ਦੇ ਸੀ ਵੈਸੇ ਅਤੇ ਇਹਦੇ ਕੋਲ ਵੀ ਲਾਇਸੈਂਸ ਹੈ ਨਹੀਂ ਸੀ ਮੈਂ ਕਿਹਾ ਵਾ ਵੇਖਣਾ ਨਹੀਂ ਇਹਨਾਂ ਵਾਲਾ ਖਿੱਚ ਦੇ ਅਤੇ ਤੇਰੀ ਚੰਗੀ ਕਿਸਮਤ ਸੀਗੀ ਸੋਹਣਿਆ ਅਤੇ ਆਪਾਂ ਬਚ ਗਏ ਹਾਂ ਹਾਂ ਇਹ ਗੱਲ ਬਾਈ ਹੈਗਾ ਫੈਕਟ ਆ ਵੀ ਸਰਦਾਰ ਹੋਣ ਕਰਕੇ ਨਹੀਂ ਰੋਕਦੇ ਅਤੇ ਬਾਕੀ ਲਾਇਸੈਂਸ ਤਾਂ ਹੈਗਾ ਕੋਈ ਲਰਨਿੰਗ ਵਾਲਾ ਪਰ ਉਹ 'ਚ ਖਰੇ ਸਕੂਟੀ ਸਕਾਟੀ ਚਲਾਈ ਜਾਂਦੀ ਆ ਉਹ ਕਹਿੰਦੇ ਪੁੱਠੇ ਬੰਨੇ ਉਹੀ ਆਉਂਦੇ ਆ ਅੱਛਾ ਉਹ ਕਹਿੰਦੇ ਫਿਰ ਕਹਿੰਦੇ ਅਸੀਂ ਪੁੱਠੇ ਬੰਨੇ ਆਉਂਦੇ ਹਾਂ ਆਵੇ ਆ ਗਏ ਆ ਲਓ ਜੀ ਪਹੁੰਚ ਗਏ ਆਪਾਂ ਘਰੇ ਅਤੇ ਸਮਾਂ ਹੋ ਚੁੱਕਾ ਕੋਈ ਰਾਤ ਦੇ 9:30 ਅਤੇ ਆ ਜਾਓ ਅਤੇ ਠੀਕ ਆ ਜੀ ਆਪਾਂ ਇਸ ਵਲੋਗ ਦਾ ਐਂਡ ਇੱਥੇ ਕਰਦੇ ਹਾਂ ਅਤੇ ਅੱਜ ਤੁਸੀਂ ਵੇਖ ਹੀ ਲਿਆ ਕੰਪੈਰੀਜ਼ਨ ਸਕੋਟਾ ਜ਼ਲਾਵੀਆ ਅਤੇ ਵਰਟਸ ਦਾ ਅਤੇ ਆਪਾਂ ਹੋਰ ਜੋ ਵੀ ਰੌਣਕ ਮੇਲਾ ਆਪਣਾ ਕਰਕੇ ਆ ਗਏ ਹਾਂ ਲੇਟ ਵਾਹਵਾ ਹੋ ਗਏ ਗੱਡੀ ਅਤੇ ਮੋਟਰਸਾਈਕਲ ਦਾ ਇਹੀ ਫਰਕ ਆ ਵੀ ਆਪਾਂ ਲੇਟ ਹੋ ਚੁੱਕੇ ਹਾਂ ਅਤੇ ਖੈਰ ਠੀਕ ਆ ਇਹ ਵਲੋਗ ਨੂੰ ਆਪਾਂ ਇੱਥੇ ਐਂਡ ਕਰਦੇ ਹਾਂ ਅਤੇ ਜਲਦੀ ਮਿਲਦੇ ਹਾਂ ਹੋਰ ਨਵੇਂ ਨਵੇਂ ਵਲੋਗਾਂ ਦੇ ਵਿੱਚ ਅਤੇ ਠੀਕ ਆ ਜੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਮਾਤਾ ਗਾਲਾਂ ਕੱਢਣ ਦੀ ਆ ਮਾਤਾ ਗਾਲਾਂ ਕੱਢਣ ਦੀ ਆ